ਬਾਕੀ ਭਲਵਾਨ ਵਰਗੇ ਵੀਰ ਨੇ ਕਹਿੰਦੇ ਭਲਵਾਨ ਇਹੋ ਜਿਹਾ ਬੰਦਾ ਭਰਾਵੋ ਜਿਹੜੇ ਵਛੇਰੇ ਤੇ ਇਹਨੇ ਹੱਥ ਫੇਰਤਾ ਨਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਹੈ ਨਹੀਂ ਜਿਹੜੀ ਸਾਣ ਮੰਨ ਕਣੀ ਉਹ ਰੋਕ ਸਕੇ। ਆਹ ਬੰਦਾ ਹੈ ਅਤੇ ਇਹਦੇ ਬਾਰੇ ਵੀ ਆਪਾਂ ਇੰਟਰਵਿਊ ਕਰਾਂਗੇ। ਇਹਨੇ ਮੈਂ ਕਹਿੰਦਾ ਵੀ ਜਿਹੜੇ ਮੈਂ ਪੰਜ ਚਾਰ ਬੰਦਿਆਂ ਨੂੰ ਤਾਂ ਇਹੋ ਜਿਹਾ ਨੂੰ ਜਾਣਦਾ ਜਿਹੜੇ ਕਹਿੰਦੇ ਸੀ ਵੀ ਯਾਰ ਅਸੀਂ ਤਾਂ ਆਪਦੇ ਵਛੇਰੇ ਵੇਚਦੇ ਹਾਂ ਹੈ ਨਾ, ਇਹ ਕਹਿੰਦਾ ਵੀ ਰੱਖ ਲਓ ਤੁਸੀਂ ਅਤੇ ਇਹਨੇ ਜ਼ਿੰਮੇਵਾਰੀ ਓਟੀ 'ਤੇ ਬਾਈ ਅੱਜ ਉਹਨਾਂ ਦੇ ਚੰਗੇ ਬੱਚੇ ਪੈਦਾ ਹੋ ਰਹੇ ਨੇ ਨੌਕਰੀਆਂ ਦੇ ਮਾਰਵਾੜੀਆਂ ਦੇ ਵਿੱਚ ਭਰਾ। ਇਹਨਾਂ ਨੂੰ ਸ਼ੋਅ 'ਚ ਘੱਲਿਆ ਪੁੱਛੋ ਉਹਨਾਂ ਨੂੰ ਧੱਕੇ ਨਾ ਵੀ ਜਾਓ ਜ਼ਰੂਰ। ਠੀਕ ਹੈ ਪੁੱਤ, ਆਪਣੇ ਫਰੀਦਕੋਟ ਗਏ ਸੀ? ਫਰੀਦਕੋਟ ਵੀ ਗਿਆ, ਜਗਰਾਵਾਂ ਵੀ ਗਿਆ ਜੀ ਇਹ। ਠੀਕ ਹੈ ਹਾਂਜੀ, ਜਗਰਾਵਾਂ ਕਿਹਨੇ ਨੰਬਰ ਦਿੱਤਾ ਬਾਬਾ ਜੀ? ਤੀਜੇ ਦੇ ਜਗਰਾਵਾਂ ਤੋਂ ਆਇਆ। ਠੀਕ ਹੈ ਅਤੇ ਫਿਰੋ ਇੱਥੋਂ ਫਰੀਦਕੋਟੋਂ ਛੇਵੇਂ ਦਾ ਫਰੀਦਕੋਟ ਛੇਵੇਂ 'ਤੇ ਭਰਾਵੋ ਆਹ ਫੋਟੋਆਂ ਲੱਗੀਆਂ ਵੀ ਨੇ ਦੇਖ ਲਓ, ਫਰੀਦਕੋਟ ਛੇਵੇਂ 'ਤੇ ਜਗਰਾਵਾਂ ਤੀਜੇ ਨੰਬਰ 'ਤੇ ਆਇਆ ਬਿਲਕੁਲ, ਜਾਣੀ ਕਿ ਕਹਿ ਦਈਏ ਫਿਰ ਤਾਂ ਜੀ ਚੈਂਪੀਅਨ ਘੋੜਾ ਹੈ ਕਿ ਨਹੀਂ। ਵੀਰ ਜੀ ਇਹਦੀ ਸਾਂਭ ਸੁਭਾਅ ਬਾਬਾ ਜੀ ਦੀ ਬਹੁਤ ਸੋਹਣੀ ਹੈ ਜੀ। ਠੀਕ ਹੈ ਜੀ, ਇੱਕ ਸੁਭਾਅ ਦੇ ਬਹੁਤ ਚੰਗੇ ਆ, ਮਿਲਨਸਾਰ ਬੰਦੇ ਆ। ਠੀਕ ਹੈ, ਇੱਕ ਵੀਰ ਜੀ ਮੈਂ ਗੱਲ ਕਰਨੀ ਚਾਹੁੰਦਾ। ਹਾਂਜੀ, ਜਦੋਂ ਆਪਾਂ ਫੀਸ ਘੱਟ ਦੀ ਗੱਲ ਕਰਦੇ ਆ ਨਾ, ਹਾਂ ਅਗਲਾ ਸੋਚਦਾ ਕਿ ਘੋੜੇ 'ਚ ਕਮੀ ਕੋਈ। ਹਾਂ ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿੱਲ, ਪਿੰਡ ਹਰੀਗੜ੍ਹ, ਜ਼ਿਲ੍ਹਾ ਬਰਨਾਲਾ। ਭਰਾਵੋ ਫਤਿਹ ਸਟੱਡ ਫਾਰਮ ਵਾਲੇ ਵੀਰਾਂ ਕੋਲੇ ਪਹੁੰਚਿਆਂਗੇ ਬੱਲੇ ਵੇਰਕੇ ਵਾਲੀ ਮੰਡੀ 'ਤੇ ਜਿੱਥੇ ਤੁਹਾਨੂੰ ਬਿੱਲੂ ਤੂਫਾਨ ਵਛੇਰੇ ਦੇ ਦਰਸ਼ਨ ਕਰਾਉਣੇ ਆ ਬਾਈ। ਮੈਂ ਤੁਹਾਨੂੰ ਵਛੇਰੇ ਹੀ ਕਹੂੰਗਾ ਕਿਉਂ, ਹਜੇ 28-29 ਕੁ ਮਹੀਨਿਆਂ ਦੀ ਉਮਰ ਹੈ ਅਤੇ ਘੋੜਾ ਤਾਂ ਹਜੇ ਨਹੀਂ ਬਣਨਾ ਬਾਈ, ਅਤੇ ਪਿਓ ਇਹਦਾ ਬਾਈ ਚੈਂਪੀਅਨ ਤੀ ਜੁਗਣੂ ਘੋੜੇ ਦਾ ਬੱਚਾ ਭਰਾਵੋ ਇਹ। ਅਤੇ ਆਹ ਦੇਖ ਲਓ ਫੋਟੋਆਂ ਸਾਰੀਆਂ ਬਾਬਾ ਜੀ ਨੇ ਲਾਈਆਂ ਵੀਆਂ ਨੇ, ਪਿੰਡ ਮਾਧਰਾ ਨੇੜੇ ਬਟਾਲਾ। ਅਤੇ ਸਕਰੀਨਸ਼ੋਟ ਲੈ ਸਕਦੇ ਹੋ ਭਰਾ ਸਾਰੇ ਫਤਿਹ ਸਟੱਡ ਫਾਰਮ ਵਾਲਿਆਂ ਦਾ। ਅਤੇ ਮੈਂ ਇੱਧਰ ਕਰਦਾ ਗੱਲਬਾਤ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ, ਹੋਰ ਠੀਕ ਹੋ ਬਾਬਾ ਜੀ? ਚੜ੍ਹਦੀ ਕਲਾ ਬਾਈ, ਚੜ੍ਹਦੀ ਕਲਾ ਜੀ। ਹਾਂਜੀ ਬਾਈ। ਤੇ ਬਾਬਾ ਜੀ ਕਿਵੇਂ ਆਪਾਂ ਕਿੰਨੇ ਸਮੇਂ ਤੋਂ, ਮੈਂ ਸੁਣਿਆ ਵੀ ਹੁਣ ਨਵਾਂ ਸਫ਼ਰ ਸ਼ੁਰੂ ਕਰਿਆ ਜੀ ਇੱਧਰ? ਠੀਕ ਆ, ਪਹਿਲਾਂ ਵਛੇਰਾ ਹੀ ਲਿਆਂਦਾ ਜੀ ਬੱਚਾ ਇਹ? ਪਹਿਲਾਂ। ਠੀਕ ਆ ਜੀ, ਤੇ ਕਿਵੇਂ ਸ਼ੌਂਕ ਜਾਗਿਆ ਜੀ, ਕਿਵੇਂ ਲੈਣ ਦੇ ਵਿੱਚ ਆਏ? ਪਹਿਲਾਂ ਵੀਰੇ ਪੁਰਾਣੀਆਂ ਪਹਿਲਾਂ ਹੁੰਦੀਆਂ ਸੀ, ਪੁਰਾਣਾ ਜਾਂ ਨਾਨਾ ਜੀ ਹੁੰਦੀਆਂ ਸੀ। ਹਾਂਜੀ ਠੀਕ ਹੈ, ਉੱਥੋਂ ਜੀ ਉਹੀ ਚੀਜ਼ ਵੀ ਭਾਈ ਹੁਣਾਂ ਲਾਣ ਕੇ ਵੇਖ ਵੂਖ ਕੇ। ਠੀਕ ਹੈ ਬਾਈ, ਚਾਚੇ ਦੇ ਮੁੰਡੇ ਦੇ ਇੱਧਰ। ਠੀਕ ਹੈ, ਤੇ ਹੁਣ ਵਧੀਆ ਇਹੀ ਆਪਣਾ ਸਟਾਲੀ ਹੈ ਨਾ? ਹਾਂਜੀ ਭਾਜੀ। ਠੀਕ ਹੈ, ਇਹਦੀ ਕਿੰਨੀ ਉਮਰ ਕਿੰਨੀ ਹੋ ਗਈ ਜੀ ਇਹਦੀ? ਭਾਈ 2.5 ਸਾਲ ਦਾ ਯਾਰ। 2.5 ਸਾਲ ਦਾ ਤੇ ਇਹ ਜੁਗਨੂ ਘੋੜੇ ਦਾ ਬੱਚਾ ਮਾਂ ਵਾਲੇ ਪਾਸੋਂ ਕਿਹਦਾ ਜੀ? ਨੁਗਰੀ ਆ ਭਾਜੀ, ਪਤਾ ਨਹੀਂ। ਅੱਛਾ ਠੀਕ ਆ, ਨਾਉਣਾ ਕੀ? ਠੀਕ ਆ, ਹਾਈਟ ਇਹਦੀ ਕਿੰਨੀ ਹੋ ਚੁੱਕੀ ਆ ਬਾਈ? 63 ਦੇ ਲੱਗ ਸ਼ਾਗੀ। 63 ਦੇ ਲੱਗੇ, ਹਾਈਟ ਬਾਈ ਬਹੁਤ ਸੋਹਣੀ ਹੈਗੀ। ਤੇ ਡੀਲ ਡਾਲ ਦੇਖੋ ਤੁਸੀਂ, ਖੜਨ ਦਾ ਨਖਰਾ ਦੇਖੋ ਘੋੜੇ ਦਾ। ਮੈਂ ਕਹਿੰਦਾ ਬਾਈ ਕੀ ਬਾਤ ਆ ਹੈ ਨਾ, ਅਤੇ ਘੋੜਾ ਹਜੇ ਨਹੀਂ ਬਣਨਾ, ਅਤੇ ਮੈਂ ਕਹਿੰਦਾ ਵੀ ਇਹ ਬੱਚਿਆਂ ਦੀ ਗਿਣਤੀ ਦੇ ਵਿੱਚ ਹੀ ਆਉਂਦਾ, ਅਤੇ ਬੱਚੇ ਹੀ ਹੈਗਾ, ਅਤੇ ਗੱਲ 'ਚ ਗਾਨੀ ਗੂਨੀ ਪਾਈ ਵੀ ਆ ਸਾਰੀ ਬਾਈ। ਅਤੇ ਬਾਬਾ ਜੀ ਫਿਰ ਇਹਨੂੰ ਕੋਈ ਆਪਾਂ ਸਟੱਡ ਸਰਵਿਸ ਲਈ ਵੀ ਸ਼ੁਰੂ ਕਰਤਾ ਜਾਂ ਹਜੇ ਕਰਨਾ? ਕਰਤਾ। ਹਾਂਜੀ ਠੀਕ ਹੈ, ਅਤੇ ਕਿੰਨੀ ਫੀਸ ਵਗੈਰਾ ਰੱਖੀ ਹੋਈ ਹੈ? 11 ਆ ਵੀਰੇ, ਪਰ ਪੱਕੀ ਨਹੀਂ, ਜੋ ਘੱਟ ਵੱਧ ਹੋ ਜਾਂਦਾ। ਠੀਕ ਹੈ, ਬਾਬਾ ਜੀ ਕਹਿੰਦੇ 11,000 ਰੱਖੀ ਹੋਈ ਹੈ ਪਰ ਪੱਕੀ ਨਹੀਂ ਹੈਗੀ। ਕੋਈ ਵੀ ਲੋੜਵੰਦ ਵੀਰ ਆਉਂਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਭਰਾ ਆਉਂਦਾ ਹੈ ਨਾ, ਤਾਂ ਉਸ ਹਿਸਾਬ 'ਤੇ ਬਾਈ ਉਹਨੂੰ ਉਹ ਹੋਊਗਾ। ਵੈਸੇ ਵੀ ਮਾਝੇ ਵਾਲੇ ਭਰਾ ਨੇਗੇ, ਅਤੇ ਬਾਈ ਮੰਗਲ ਸੰਧੂ ਹੋਰਾਂ ਨੂੰ ਦੇਖ ਕੇ ਬਾਬਾ ਜੀ ਕਹਿੰਦੇ ਆਪਾਂ ਕੰਮ ਸ਼ੁਰੂ ਕੀਤਾ, ਅਤੇ ਨਾਲ ਚਾਚੇ ਦੇ ਭਰਾ ਨੇ। ਜਿਵੇਂ ਕਹਿੰਦੇ ਹੁੰਦੇ ਵੀ ਜਿਹੋ ਜਿਹੀ ਆਪਣੀ ਸੰਗਤ ਹੋਊਗੀ ਉਹੋ ਜਿਹੀ ਆਪਾਂ ਨੂੰ ਰੰਗਤ ਪੈ ਜੂ ਹੈ ਨਾ। ਬਾਕੀ ਭਲਵਾਨ ਵਰਗੇ ਵੀਰ ਨੇ ਕਹਿੰਦੇ ਭਲਵਾਨ ਇਹੋ ਜਿਹਾ ਬੰਦਾ ਭਰਾਵੋ, ਜਿਹੜੇ ਵਛੇਰੇ 'ਤੇ ਇਹਨੇ ਹੱਥ ਫੇਰਤਾ ਨਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਹੈ ਨਹੀਂ ਜਿਹੜੀ ਸਾਣ ਮੰਨ ਕਣੀ ਉਹ ਰੋਕ ਸਕੇ। ਆਹ ਬੰਦਾ ਹੈ, ਅਤੇ ਇਹਦੇ ਬਾਰੇ ਵੀ ਆਪਾਂ ਇੰਟਰਵਿਊ ਕਰਾਂਗੇ। ਇਹਨੇ ਮੈਂ ਕਹਿੰਦਾ ਵੀ ਜਿਹੜੇ ਮੈਂ ਪੰਜ ਚਾਰ ਬੰਦਿਆਂ ਨੂੰ ਤਾਂ ਇਹੋ ਜਿਹਾ ਨੂੰ ਜਾਣਦਾ, ਜਿਹੜੇ ਕਹਿੰਦੇ ਸੀ ਵੀ ਯਾਰ ਅਸੀਂ ਤਾਂ ਆਪਦੇ ਵਛੇਰੇ ਵੇਚਦੇ ਹਾਂ ਹੈ ਨਾ, ਇਹ ਕਹਿੰਦਾ ਵੀ ਰੱਖ ਲਓ ਤੁਸੀਂ। ਅਤੇ ਇਹਨੇ ਜ਼ਿੰਮੇਵਾਰੀ ਓਟੀ 'ਤੇ ਬਾਈ ਅੱਜ ਉਹਨਾਂ ਦੇ ਚੰਗੇ ਬੱਚੇ ਪੈਦਾ ਹੋ ਰਹੇ ਨੇ ਨੌਕਰੀਆਂ ਦੇ ਮਾਰਵਾੜੀਆਂ ਦੇ ਵਿੱਚ। ਭਰਾਵੋ ਪੂਰੀ ਬੱਲੇ ਬੱਲੇ ਕਰਾਈ ਵੀ ਹੈਗੀ। ਸਹੀ ਗੱਲ ਹੈ ਨਾ ਬਾਈ, ਇਹ ਬੰਦਾ ਯਾਰ ਰੱਬੀ ਰੂਹ ਹੈ, ਕੋਈ ਮਾਣ ਨਹੀਂ ਕਰਦਾ, ਕੁਛ ਹੋਰ ਨਹੀਂ ਕਰਦਾ, ਜਮ੍ਹਾਂ ਦੇਸੀ ਬੰਦਾ ਦੇਖ ਲਓ। ਨਹੀਂ ਮੈਂ ਕਹਿੰਦਾ ਜੇ ਕਿਸੇ ਨੂੰ ਮੇਰੇ ਵਰਗੇ ਨੂੰ ਚਾਰ ਘੋੜੀਆਂ ਦੀਆਂ ਭੌਰੀਆਂ ਬਾਰੇ ਪਤਾ ਲੱਗ ਜਾਣਾ
ਤੇ ਬੰਦਾ ਮਹਾਰਥੀ ਬਣ ਜਾਂਦਾ ਵੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਵਾਲਾ ਘੋੜਾ ਆਈ ਕਹੂ ਵੀ ਬੰਦਾ ਵੀ ਮੈਂ ਦਿੱਤਾ ਸੀ ਬਾਈ ਉਦੋਂ ਨੀਲਾ ਉਸ ਟਾਈਮ ਬੰਦਾ ਬਾਈ ਇਸ ਤਰ੍ਹਾਂ ਦੇ ਬਣ ਜਾਂਦਾ ਕੰਮ, ਕਿਉਂ ਘੋੜੇ ਵਾਲੇ ਕੰਮ 'ਚ ਕੀ ਆ ਇੱਜ਼ਤ ਬਹੁਤ ਮਿਲਦੀ ਆ ਅਤੇ ਫਿਰ ਉਹ ਸਾਹਮਣੀ ਵਾਲੀ ਔਖੀ ਹੋ ਜਾਂਦੀ ਹੈ। ਅਤੇ ਬਾਬਾ ਜੀ ਤੁਹਾਡੇ ਤਾਂ ਆਲੇ ਦੁਆਲੇ ਵਧੀਆ ਬੰਦਿਆਂ ਦਾ ਆਪਾਂ ਕਹੀਏ ਸੰਗ ਆ ਤੁਹਾਡੇ ਨਾਲ, ਸਾਰੇ ਭਰਾ ਚੰਗੇ, ਹਾਂ ਵਧੀਆ ਉਹ ਆ। ਅਤੇ ਆਪਾਂ ਬਾਈ ਮੰਗਲ ਹੋਰਾਂ ਨਾਲ ਗੱਲਬਾਤ ਕਰਦੇ ਹਾਂ, ਅਤੇ ਮੰਗਲ ਬਾਈ ਤੁਸੀਂ ਵੀ ਦੱਸੋ ਜੀ ਬਾਈ ਬਾਰੇ ਵੀ ਕਿਵੇਂ ਬਾਬਾ ਜੀ ਵਧੀਆ ਜਾਨਵਰ ਸੰਭਾਲਦੇ ਜਾਂ ਕਿਵੇਂ ਆ ਬਾਈ? ਹਾਂਜੀ ਹਾਂਜੀ ਬਾਈ ਬੋਲ ਪਓ ਜੀ, ਬੋਲ ਪਓ। ਵੀਰ ਜੀ ਇਹਦੀ ਸਾਂਭ ਸੁਭਾਅ ਬਾਬਾ ਜੀ ਦੀ ਬਹੁਤ ਸੋਹਣੀ ਹੈ ਜੀ, ਠੀਕ ਹੈ ਜੀ। ਇੱਕ ਸੁਭਾਅ ਦੇ ਬਹੁਤ ਚੰਗੇ ਆ, ਮਿਲਨਸਾਰ ਬੰਦੇ ਆ, ਠੀਕ ਹੈ। ਇੱਕ ਵੀਰ ਜੀ ਮੈਂ ਗੱਲ ਕਰਨੀ ਚਾਹੁੰਦਾ, ਹਾਂਜੀ ਜਦੋਂ ਆਪਾਂ ਫੀਸ ਘੱਟ ਦੀ ਗੱਲ ਕਰਦੇ ਆ ਨਾ, ਹਾਂ, ਅਗਲਾ ਸੋਚਦਾ ਖਰੇ ਘੋੜੇ 'ਚ ਕਮੀ ਕੋਈ, ਹਾਂ ਸਾਡੇ ਘੋੜਿਆਂ 'ਚ ਕੋਈ ਕਮੀ ਨਹੀਂ ਆ। ਟਾਈਮ ਆਊਗਾ ਆਪਾਂ ਵੀ 31,000-21,000 ਕਰਾਂਗੇ, ਬਿਲਕੁਲ, ਫਿਰ ਉਹ ਆਪਾਂ ਮਾੜੇ ਲੱਗਣ ਲੱਗ ਪੈਣਾ, ਹਾਂ ਹੈ ਨਾ। ਤਾਂ ਜਿਹੜਾ ਬੰਦਾ ਲੱਖ ਲੱਖ ਰੁਪਇਆ ਫੀਸ ਆ ਘੋੜਿਆਂ ਦੀ, ਉਹਨਾਂ ਨੂੰ ਅਗਲਾ ਕਹਿੰਦਾ ਯਾਰ ਉਈ ਗਾਲ ਵੱਢੀ ਜਾਂਦੇ ਨੇ, ਲੈ ਜੀ ਭਰਾ ਕੇ ਉੱਥੋਂ ਲਿਆਉਂਦੇ ਨੇ। ਹਾਂਜੀ ਕਾਰਨ ਜਾਣਗੇ ਵੀ ਜ਼ਰੂਰ ਉੱਥੇ, ਸਵਾਦ ਵੇਖਣਗੇ ਭਲਾ ਕੀ ਉੱਥੇ। ਬੱਚੇ ਇਹ ਬਹੁਤ ਵਧੀਆ ਪੈਦਾ ਕਰਨ ਡਿਆ, ਬਾਕੀ ਨਵੇਂ ਬੰਦੇ ਨੂੰ ਮੌਕਾ ਦਿਓ। ਫੋਟੋਆਂ ਲੱਗੀਆਂ ਵੀ ਨੇ ਦੇਖ ਲੋ, ਫਰੀਦਕੋਟ 6ਵੇਂ ਤੇ ਜਗਰਾਵਾਂ 3ਜੇ ਨੰਬਰ ਤੇ ਆਇਆ, ਬਿਲਕੁਲ ਜਾਨੀ ਕਿ ਕਹਿ ਦਈਏ ਫਿਰ ਤਾਂ ਜੀ ਚੈਂਪੀਅਨ ਘੋੜਾ ਹੈ ਕਿ ਨਹੀਂ। ਬਾਕੀ ਬਾਬਾ ਜੀ ਨਵੇਂ ਬੰਦੇ, ਬਾਕੀ ਇਹ ਸਾਂਭ ਬੜੀ ਇਹਨਾਂ ਦੀ, ਠੀਕ ਹੈ। ਹਾਂਜੀ ਇਹ ਕੁਝ ਸੁਭਾਅ ਦੇ ਬਹੁਤ ਚੰਗੇ ਆ, ਤਾਂ ਇਹਨਾਂ ਨੂੰ ਵੀਰਾਂ ਨਾਲ ਆਪਾਂ ਇਕੱਠੇ ਲਾਇਆ, ਨਹੀਂ ਬਿਲਕੁਲ, ਨਹੀਂ ਤਾਂ ਘੋੜਿਆਂ ਵਾਲੇ ਤਾਂ ਇੱਕ ਦੂਜੇ ਨਾਲ ਇੰਨੀ ਜਹਿਲਸ ਕਰਦੇ ਆ, ਆਪਾਂ ਨਹੀਂ ਪਰ ਸਾਡੇ ਲੋਕਾਂ ਹੋਰ ਆਪਾਂ ਬੱਚੇ ਆਉਣ ਵਾਲੇ ਟਾਈਮ 'ਚ ਪੈਦਾ ਕਰਾਂਗੇ ਅਤੇ ਸਾਲ ਬੰਨ। ਨਹੀਂ ਨਹੀਂ ਬਿਲਕੁਲ ਜੀ ਬਿਲਕੁਲ, ਲਓ ਬਾਬਾ ਜੀ ਮੈਂ ਇੱਕ ਲਾ ਦਿਓ ਜੀ, ਅਤੇ ਭਲਵਾਨ ਬਾਈ ਤੁਸੀਂ ਵੀ ਬਾਈ ਹੋਰਾਂ ਦੇ ਆਪਾਂ ਕਹੀਏ ਵੀ ਨਾਲ ਉਹ ਰੱਖਿਓ ਹੈ ਨਾ, ਬਿਲਕੁਲ। ਆਪਾਂ ਇੱਕ ਟੀਮ ਵਰਕ ਹੈ ਬਾਈ, ਹਾਂ ਮੇਰਾ ਕੰਮ ਮੈਂ ਕਹਿੰਦਾ ਕਿ ਇੱਕ ਟੀਮ, ਬਿਲਕੁਲ, ਪਰ ਇੱਕ ਅੱਛੇ ਬਰੀਡਰਾਂ ਦੀ, ਹਾਂ, ਜਾਂ ਫਿਰ ਅੱਛੇ ਘੋੜੇ ਪਾਲਕਾਂ ਦੀ, ਬਿਲਕੁਲ, ਕਿਸੇ ਦੀ ਮਜਬੂਰੀ ਨੂੰ ਵੀ ਸਮਝਦੇ ਹੋਣਾ। ਇਹ ਨਹੀਂ ਵੀ ਟੋਕਾ ਰੱਖਿਆ ਹੋਵੇ ਆਇਆ ਫੇਰੇ ਬਾਅਦ 'ਚ ਬੰਦਾ ਆਪਣੀ ਅਗਲੀ ਪੀੜ੍ਹੀ ਨੂੰ ਕਹੇ ਵੀ ਆਪਾਂ ਘੋੜੇ ਨਹੀਂ ਰੱਖਣੇ, ਸਹੀ ਗੱਲ ਹੈ, ਉਹ ਗੱਲ ਨਹੀਂ ਬਣਦੀ, ਬਿਲਕੁਲ ਬਾਈ। ਜੇ ਘੋੜਾ ਕੋਈ ਰੱਖਣਾ ਚਾਹੁੰਦਾ ਆ, ਹਾਂ, ਉਹਨੂੰ ਘੋੜਾ ਪਹਿਲੀ ਤਾਂ ਗੱਲ ਐਸਾ ਦਿਓ ਵੀ ਕਿਰਪਾ ਕਰਨ ਵਾਲਾ ਤੂੰ ਮਾਲਕ ਆ, ਮਾਲਕ ਆ ਬਿਲਕੁਲ, ਪਰ ਜੇ ਆਪਦੀ ਨੀਅਤ ਸੱਚੀ ਨਾਲ ਕੋਈ ਕੰਮ ਕੀਤਾ ਉਹਨੂੰ ਰੰਗ ਭਾਗ ਵੀ ਲੱਗ ਜਾਂਦਾ, ਬਿਲਕੁਲ ਬਾਈ ਬਿਲਕੁਲ। ਲੁੱਟਣਾ ਹੁੰਦਾ ਵੀ ਨਵੇਂ ਬੰਦੇ ਸੀਗੇ, ਸਹੀ ਗੱਲ, ਜਿੰਨਾ ਮਰਜ਼ੀ ਲੁੱਟ ਲੈਂਦੇ, ਘੋੜਾ ਇਹਨਾਂ ਦਾ 3ਜੇ ਨੰਬਰ ਤੇ ਆ ਗਿਆ ਜਗਰਾਮਾ ਤੋਂ ਚੈਂਪੀਅਨ ਹੋ ਗਿਆ, ਬਿਲਕੁਲ, ਠੀਕ ਆ। ਤੇ ਭੁੱਖ ਹੁੰਦੀ ਤਾਂ ਬੰਦੇ ਨੂੰ ਕਹਿੰਦੇ ਤੈਨੂੰ ਚੈਂਪੀਅਨ ਘੋੜਾ ਦਿੱਤਾ ਬਾਈ ਇੰਨੇ ਦਾ ਹੀ, ਹਾਂ, ਜਿਹੜਾ ਬੰਦੇ ਨੂੰ ਥੋੜਾ ਬਹੁਤ ਹਨਾ ਪਰ ਖੁੰਦੀ ਉਹ ਕਹਿ ਦਿੰਦਾ ਕਿ ਉਹਨੂੰ ਪਤਾ ਲੱਗਦਾ, ਬਿਲਕੁਲ ਜੀ ਬਿਲਕੁਲ, ਕਹਿੰਦੇ ਕਿ ਜਦੋਂ ਦੋ ਨਿਆਣੇ ਹੋ ਜਾਂਦੇ ਫਿਰ ਦਾਈ ਬਣ ਜਾਂਦੀ ਹੁੰਦੀ, ਹਾਂ, ਉਹਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਕਿੱਦਾਂ ਦੇ ਨਿਆਣੇ ਜੰਮੇ, ਸਹੀ ਗੱਲ ਹੈ। ਇਸੇ ਤਰ੍ਹਾਂ ਹੀ ਕੀ ਪਤਾ ਲੱਗਦਾ ਸੀਗਾ ਵੀ ਕਿਵੇਂ ਦਾ ਘੋੜਾ ਸ਼ੋਅ ਕੱਢੂਗਾ ਬਈ, ਸਹੀ ਗੱਲ ਹੈ, ਹਨਾ, ਤੇ ਉਦੋਂ ਹੀ ਇਹਨੂੰ ਟੋਕਾ ਫੇਰ ਦਿੰਦੇ, ਸਹੀ ਗੱਲ ਨਹੀਂ ਸੀਗੀ ਬਾਈ ਬੰਦੇ ਦਾ ਹੌਸਲਾ, ਬਿਲਕੁਲ ਬਾਈ ਬਿਲਕੁਲ। ਜੇ ਘੋੜੇ ਲਿਆਉਣੇ ਆ, ਘੋੜੇ ਘਟ ਗਏ ਨੇ ਪੰਜਾਬ ਦੇ ਵਿੱਚੋਂ ਬਹੁਤ ਘਟੇ ਨੇ, ਬਿਲਕੁਲ ਬਾਈ, ਹੁਣ ਉਹ ਇਸੇ ਕਰਕੇ ਉਹ ਹੋਇਆ ਬਾਈ ਵੀ ਜਿਹੜਾ ਇੱਕ ਵਾਰੀ ਲੁੱਟਿਆ ਗਿਆ ਫਿਰ ਗੱਲ ਨਹੀਂ, ਬਿਲਕੁਲ ਬਾਈ ਬਿਲਕੁਲ। ਜਦੋਂ ਰਾਤ ਫੋਨ ਲਾਓ ਕਿਸੇ ਤਰ੍ਹਾਂ ਦੀ ਲੋੜ ਆ ਮੁਸੀਬਤ ਉਸੇ ਲਈ ਵੀਰ ਹਾਜ਼ਰ ਆ, ਉੱਪਰ ਆ ਬਾਕੀ ਜਾਣਕਾਰੀ ਵੀਰ ਨੂੰ ਬਹੁਤ ਆ, ਬਹੁਤ ਜਾਣਕਾਰੀ ਵਾਲੀ, ਬਹੁਤ ਜਾਣਕਾਰੀ ਆ, ਬਿਲਕੁਲ, ਜਾਣਕਾਰੀ ਦਾ ਗੁਰੂ ਆ, ਵੀਰ ਦਾ ਕਦਰ ਨਹੀਂ ਪਾਈ ਕਿਸੇ ਨੇ, ਯਾਰ ਕੋਈ ਗੱਲ ਨਹੀਂ ਬਾਈ, ਕਦਰ ਪਾਉਣ ਵਾਲੇ ਮੇਰੇ ਭਰਾ ਜੀ ਨਾਲ ਇੰਨੇ ਖੜੇ ਆ ਭਾਈ, ਪਰਮਾਤਮਾ ਦੀ ਮਿਹਰ ਰਹੇ ਸਿਰ ਤੇ, ਦਾਦਾ ਕਦਰ ਪਾਉ ਬਾਈ, ਹਨਾ, ਬਿਲਕੁਲ ਠੀਕ ਆ ਬਾਈ। ਤੇ ਬਾਬਾ ਜੀ ਆਪਣਾ ਮੋਬਾਈਲ ਨੰਬਰ ਕਿੰਨਾ ਆ ਜਾਂਦਾ ਜੀ? 7875-5590 ਤੇ ਬਾਕੀ ਭਰਾਵੋ ਆ ਉੱਪਰ ਬਾਈ ਨੰਬਰ ਦਿੱਤਾ ਪਿਆ ਤੇ 7875-5590 97,8,097,8 ਬਾਈ।
ਤੇ ਬਹੁਤ ਸੋਹਣਾ ਘੋੜਾ ਬਾਈ ਤੇ ਮੁੰਡੇ ਇਹਦੇ ਬਾਈ ਸ਼ਾਰਟ ਵਗੈਰਾ ਲੈਣਾ ਉੱਪਰ ਲਾਉਣ ਨੂੰ ਤੇ ਬਾਬਾ ਜੀ ਨੂੰ ਬਾਈ ਜ਼ਰੂਰ ਸੇਵਾ ਦਾ ਮੌਕਾ ਦਿਓ। ਸੋ ਠੀਕ ਹੈ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਭਲਵਾਨ ਵਰਗੇ ਵੀਰ ਨੇ ਕਹਿੰਦੇ ਭਲਵਾਨ ਇਹੋ ਜਿਹਾ ਬੰਦਾ ਭਰਾਵੋ ਜਿਹੜੇ ਬਛੇਰੇ ਤੇ ਇਹਨੇ ਹੱਥ ਫੇਰਤਾ ਨਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਹੈ ਨਹੀਂ ਜਿਹੜੀ ਸਾਣ ਮੰਨ ਕਣੀ ਉਹ ਰੋਕ ਸਕੇ। ਆਹ ਬੰਦਾ ਹੈ ਤੇ ਇਹਦੇ ਬਾਰੇ ਵੀ ਆਪਾਂ ਇੰਟਰਵਿਊ ਕਰਾਂਗੇ। ਇਹਨੇ ਮੈਂ ਕਹਿੰਦਾ ਵੀ ਜਿਹੜੇ ਮੈਂ ਪੰਜ ਚਾਰ ਬੰਦਿਆਂ ਨੂੰ ਤਾਂ ਇਹੋ ਜਿਹਾ ਨੂੰ ਜਾਣਦਾ ਜਿਹੜੇ ਕਹਿੰਦੇ ਸੀ ਵੀ ਯਾਰ ਅਸੀਂ ਤਾਂ ਆਪਦੇ ਬਛੇਰੇ ਵੇਚਦੇ ਹਾਂ ਹੈ ਨਾ, ਇਹ ਕਹਿੰਦਾ ਵੀ ਰੱਖ ਲਓ ਤੁਸੀਂ ਤੇ ਇਹਨੇ ਜ਼ਿੰਮੇਵਾਰੀ ਓਟੀ 'ਤੇ ਬਾਈ। ਅੱਜ ਉਹਨਾਂ ਦੇ ਚੰਗੇ ਬੱਚੇ ਪੈਦਾ ਹੋ ਰਹੇ ਨੇ ਨੌਕਰੀਆਂ ਦੇ ਮਾਰਵਾੜੀਆਂ ਦੇ ਵਿੱਚ ਭਰਾ। ਇਹਨਾਂ ਨੂੰ ਸ਼ੋਅ 'ਚ ਘੱਲਿਆ, ਪੁੱਛੋ ਉਹਨਾਂ ਨੂੰ ਧੱਕੇ ਨਾ ਵੀ ਜਾਓ ਜ਼ਰੂਰ। ਠੀਕ ਹੈ, ਪੂਰਾ ਆਪਣੇ ਫਰੀਦਕੋਟ ਗਏ ਸੀ, ਫਰੀਦਕੋਟ ਵੀ ਗਿਆ, ਜਗਰਾਵਾਂ ਵੀ ਗਿਆ ਜੀ ਇਹ। ਠੀਕ ਹੈ, ਹਾਂਜੀ ਜਗਰਾਵਾਂ ਕਿਹਨੇ ਨੰਬਰ ਦਿੱਤਾ ਬਾਬਾ ਜੀ? ਤੀਜੇ ਦੇ ਜਗਰਾਵਾਂ ਤੋਂ ਆਇਆ। ਠੀਕ ਹੈ, ਤੇ ਫਿਰੋ ਇੱਥੋਂ ਫਰੀਦਕੋਟੋਂ ਛੇਵੇਂ ਦਾ ਫਰੀਦਕੋਟ ਛੇਵੇਂ ਤੇ ਭਰਾਵੋ ਆ ਫੋਟੋਆਂ ਲੱਗੀਆਂ ਵੀ ਨੇ ਦੇਖ ਲਓ, ਫਰੀਦਕੋਟ ਛੇਵੇਂ ਤੇ ਜਗਰਾਵਾਂ ਤੀਜੇ ਨੰਬਰ ਤੇ ਆਇਆ ਬਿਲਕੁਲ, ਜਾਨੀ ਕਿ ਕਹਿ ਦਈਏ ਫਿਰ ਤਾਂ ਜੀ ਚੈਂਪੀਅਨ ਘੋੜਾ ਹੈ ਕਿ ਨਹੀਂ। ਵੀਰ ਜੀ ਇਹਦੀ ਸਾਂਭ ਸੁਭਾਅ ਬਾਬਾ ਜੀ ਦੀ ਬਹੁਤ ਸੋਹਣੀ ਹੈ ਜੀ। ਠੀਕ ਹੈ ਜੀ, ਇੱਕ ਸੁਭਾਅ ਦੇ ਬਹੁਤ ਚੰਗੇ ਆ, ਮਿਲਨਸਾਰ ਬੰਦੇ ਆ। ਠੀਕ ਹੈ, ਇੱਕ ਵੀਰ ਜੀ ਮੈਂ ਗੱਲ ਕਰਨੀ ਚਾਹੁੰਦਾ। ਹਾਂਜੀ, ਜਦੋਂ ਆਪਾਂ ਫੀਸ ਘੱਟ ਦੀ ਗੱਲ ਕਰਦੇ ਆ ਨਾ, ਹਾਂ ਅਗਲਾ ਸੋਚਦਾ ਕਿ ਘੋੜੇ 'ਚ ਕਮੀ ਕੋਈ। ਹਾਂ ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੁਖੀ ਸ਼ੇਰਗਿੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ। ਭਰਾਵੋ ਫਤਿਹ ਸਟੱਡ ਫਾਰਮ ਵਾਲੇ ਵੀਰਾਂ ਕੋਲੇ ਪਹੁੰਚਿਆਂਗੇ ਬੱਲੇ ਵੇਰਕੇ ਵਾਲੀ ਮੰਡੀ ਤੇ ਜਿੱਥੇ ਤੁਹਾਨੂੰ ਬਿੱਲੂ ਤੂਫਾਨ ਬਛੇਰੇ ਦੇ ਦਰਸ਼ਨ ਕਰਾਉਣੇ ਆ ਬਾਈ। ਮੈਂ ਤੁਹਾਨੂੰ ਬਛੇਰੇ ਹੀ ਕਹੂੰਗਾ ਕਿਉਂ, ਹਜੇ 28-29 ਕੁ ਮਹੀਨਿਆਂ ਦੀ ਉਮਰ ਹੈ ਤੇ ਘੋੜਾ ਤਾਂ ਹਜੇ ਨਹੀਂ ਬਣਨਾ ਬਾਈ, ਤੇ ਪਿਓ ਇਹਦਾ ਬਾਈ ਚੈਂਪੀਅਨ ਤੀ ਜੁਗਣੂ ਘੋੜੇ ਦਾ ਬੱਚਾ ਭਰਾਵੋ ਇਹ। ਤੇ ਆਹ ਦੇਖ ਲਓ ਫੋਟੋਆਂ ਸਾਰੀਆਂ ਬਾਬਾ ਜੀ ਨੇ ਲਾਈਆਂ ਵੀਆਂ ਨੇ, ਪਿੰਡ ਮਾਧਰਾ ਨੇੜੇ ਬਟਾਲਾ। ਤੇ ਸਕਰੀਨਸ਼ੋਟ ਲੈ ਸਕਦੇ ਹੋ ਭਰਾ ਸਾਰੇ ਫਤਿਹ ਸਟੱਡ ਫਾਰਮ ਵਾਲਿਆਂ ਦਾ। ਤੇ ਮੈਂ ਇੱਧਰ ਕਰਦਾ ਗੱਲਬਾਤ, ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਲਾਲ ਫਤਿਹ ਜੀ, ਹੋਰ ਠੀਕ ਹੋ ਬਾਬਾ ਜੀ? ਚੜ੍ਹਦੀ ਕਲਾ ਬਾਈ, ਚੜ੍ਹਦੀ ਕਲਾ ਜੀ। ਹਾਂਜੀ ਬਾਈ, ਤੇ ਬਾਬਾ ਜੀ ਕਿਵੇਂ ਆਪਾਂ ਕਿੰਨੇ ਸਮੇਂ ਤੋਂ ਮੈਂ ਸੁਣਿਆ ਵੀ ਹੁਣ ਨਵਾਂ ਸਫ਼ਰ ਸ਼ੁਰੂ ਕਰਿਆ ਜੀ ਇੱਧਰ? ਹਾਂਜੀ ਵੀਰੇ ਨਵਾਂ ਜੀ। ਠੀਕ ਆ, ਪਹਿਲਾਂ ਬਛੇਰਾ ਹੀ ਲੈਂਦਾ ਜੀ ਬੱਚਾ ਇਹ? ਪਹਿਲਾਂ ਠੀਕ ਆ ਜੀ। ਤੇ ਕਿਵੇਂ ਸ਼ੌਂਕ ਜਾਗਿਆ ਜੀ, ਕਿਵੇਂ ਲੈਣ ਦੇ ਵਿੱਚ ਆਏ? ਪਹਿਲਾਂ ਵੀਰੇ ਪੁਰਾਣੀਆਂ ਪਹਿਲਾਂ ਹੁੰਦੀਆਂ ਸੀ, ਪੁਰਾਣਾ ਜਾਂ ਨਾਨਾ ਜੀ ਹੁੰਦੀਆਂ ਸੀ। ਹਾਂਜੀ ਠੀਕ ਹੈ, ਉੱਥੋਂ ਜੀ ਉਹੀ ਚੀਜ਼ ਵੀ ਭਾਈ ਹੁਣਾਂ ਲਾਣ ਕੇ ਵੇਖ ਵੂਖ ਕੇ। ਠੀਕ ਹੈ ਬਾਈ, ਚਾਚੇ ਦੇ ਮੁੰਡੇ ਦੇ ਇੱਧਰ। ਠੀਕ ਹੈ, ਤੇ ਹੁਣ ਵਧੀਆ ਇਹੀ ਆਪਣਾ ਸਟਾਲੀ ਹੈ ਨਾ? ਹਾਂਜੀ ਭਾਜੀ। ਠੀਕ ਹੈ, ਇਹਦੀ ਕਿੰਨੀ ਉਮਰ ਕਿੰਨੀ ਹੋ ਗਈ ਜੀ ਇਹਦੀ? ਭਾਈ 2.5 ਸਾਲ ਦਾ ਯਾਰ। 2.5 ਸਾਲ ਦਾ ਤੇ ਇਹ ਜੁਗਨੂ ਘੋੜੇ ਦਾ ਬੱਚਾ ਮਾਂ ਵਾਲੇ ਪਾਸੋਂ ਕਿਹਦਾ ਜੀ? ਨੁਗਰੀ ਆ ਭਾਜੀ, ਪਤਾ ਨਹੀਂ। ਅੱਛਾ ਠੀਕ ਆ, ਨਾਉਣਾ ਕੀ? ਠੀਕ ਆ, ਹਾਈਟ ਇਹਦੀ ਕਿੰਨੀ ਹੋ ਚੁੱਕੀ ਆ ਬਾਈ? 63 ਦੇ ਲੱਗ ਸ਼ਾਗੀ। 63 ਦੇ ਲੱਗੇ, ਹਾਈਟ ਬਾਈ ਬਹੁਤ ਸੋਹਣੀ ਹੈਗੀ। ਤੇ ਡੀਲ ਡਾਲ ਦੇਖੋ ਤੁਸੀਂ, ਖੜਨ ਦਾ ਨਖਰਾ ਦੇਖੋ ਘੋੜੇ ਦਾ। ਮੈਂ ਕਹਿੰਦਾ ਬਾਈ ਕੀ ਬਾਤ ਆ ਹੈ ਨਾ, ਤੇ ਘੋੜਾ ਹਜੇ ਨਹੀਂ ਬਣਨਾ ਤੇ ਮੈਂ ਕਹਿੰਦਾ ਵੀ ਇਹ ਬੱਚਿਆਂ ਦੀ ਗਿਣਤੀ ਦੇ ਵਿੱਚ ਹੀ ਆਉਂਦਾ ਤੇ ਬੱਚੇ ਹੀ ਹੈਗਾ ਤੇ ਗੱਲ 'ਚ ਗਾਨੀ ਗੂਨੀ ਪਾਈ ਵੀ ਆ ਸਾਰੀ ਬਾਈ। ਤੇ ਬਾਬਾ ਜੀ ਫਿਰ ਇਹਨੂੰ ਕੋਈ ਆਪਾਂ ਸਟੱਡ ਸਰਵਿਸ ਲਈ ਵੀ ਸ਼ੁਰੂ ਕਰਤਾ ਜਾਂ ਹਜੇ ਕਰਨਾ? ਕਰਤਾ। ਹਾਂਜੀ ਠੀਕ ਹੈ, ਤੇ ਕਿੰਨੀ ਫੀਸ ਵਗੈਰਾ ਰੱਖੀ ਹੋਈ ਹੈ? 11 ਆ ਵੀਰੇ, ਪਰ ਪੱਕੀ ਨਹੀਂ, ਜੋ ਘੱਟ ਵੱਧ ਹੋ ਜਾਂਦਾ। ਠੀਕ ਹੈ, ਬਾਬਾ ਜੀ ਕਹਿੰਦੇ 11,000 ਰੱਖੀ ਹੋਈ ਹੈ ਪਰ ਪੱਕੀ ਨਹੀਂ ਹੈਗੀ। ਕੋਈ ਵੀ ਲੋੜਵੰਦ ਵੀਰ ਆਉਂਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਭਰਾ ਆਉਂਦਾ ਹੈ ਨਾ, ਤਾਂ ਉਸ ਹਿਸਾਬ 'ਤੇ ਬਾਈ ਉਹਨੂੰ ਉਹ ਹੋਊਗਾ। ਵੈਸੇ ਵੀ ਮਾਝੇ ਵਾਲੇ ਭਰਾ ਨੇਗੇ ਅਤੇ ਬਾਈ ਮੰਗਲ ਸੰਧੂ ਹੋਰਾਂ ਨੂੰ ਦੇਖ ਕੇ ਬਾਬਾ ਜੀ ਕਹਿੰਦੇ ਆਪਾਂ ਕੰਮ ਸ਼ੁਰੂ ਕੀਤਾ ਅਤੇ ਨਾਲ ਚਾਚੇ ਦੇ ਭਰਾ ਨੇ। ਜਿਵੇਂ ਕਹਿੰਦੇ ਹੁੰਦੇ ਵੀ ਜਿਹੋ ਜਿਹੀ ਆਪਣੀ ਸੰਗਤ ਹੋਊਗੀ ਉਹੋ ਜਿਹੀ ਆਪਾਂ ਨੂੰ ਰੰਗਤ ਪੈ ਜੂ ਹੈ ਨਾ। ਬਾਕੀ ਭਲਵਾਨ ਵਰਗੇ ਵੀਰ ਨੇ ਕਹਿੰਦੇ ਭਲਵਾਨ ਇਹੋ ਜਿਹਾ ਬੰਦਾ ਭਰਾਵੋ ਜਿਹੜੇ ਬਛੇਰੇ ਤੇ ਇਹਨੇ ਹੱਥ ਫੇਰਤਾ ਨਾ ਉਹਨੂੰ ਦੁਨੀਆਂ ਦੀ ਕੋਈ ਤਾਕਤ ਹੈ ਨਹੀਂ ਜਿਹੜੀ ਸਾਣ ਮੰਨ ਕਣੀ ਉਹ ਰੋਕ ਸਕੇ। ਆਹ ਬੰਦਾ ਹੈ ਤੇ ਇਹਦੇ ਬਾਰੇ ਵੀ ਆਪਾਂ ਇੰਟਰਵਿਊ ਕਰਾਂਗੇ। ਇਹਨੇ ਮੈਂ ਕਹਿੰਦਾ ਵੀ ਜਿਹੜੇ ਮੈਂ ਪੰਜ ਚਾਰ ਬੰਦਿਆਂ ਨੂੰ ਤਾਂ ਇਹੋ ਜਿਹਾ ਨੂੰ ਜਾਣਦਾ ਜਿਹੜੇ ਕਹਿੰਦੇ ਸੀ ਵੀ ਯਾਰ ਅਸੀਂ ਤਾਂ ਆਪਦੇ ਬਛੇਰੇ ਵੇਚਦੇ ਹਾਂ ਹੈ ਨਾ, ਇਹ ਕਹਿੰਦਾ ਵੀ ਰੱਖ ਲਓ ਤੁਸੀਂ। ਤੇ ਇਹਨੇ ਜ਼ਿੰਮੇਵਾਰੀ ਓਟੀ 'ਤੇ ਬਾਈ ਅੱਜ ਉਹਨਾਂ ਦੇ ਚੰਗੇ ਬੱਚੇ ਪੈਦਾ ਹੋ ਰਹੇ ਨੇ ਨੌਕਰੀਆਂ ਦੇ ਮਾਰਵਾੜੀਆਂ ਦੇ ਵਿੱਚ ਭਰਾਵੋ, ਪੂਰੀ ਬੱਲੇ ਬੱਲੇ ਕਰਾਈ ਵੀ ਹੈਗੀ। ਸਹੀ ਗੱਲ ਹੈ ਨਾ ਬਾਈ, ਇਹ ਬੰਦਾ ਯਾਰ ਰੱਬੀ ਰੂਹ ਹੈ, ਕੋਈ ਮਾਣ ਨਹੀਂ ਕਰਦਾ, ਕੁਛ ਹੋਰ ਨਹੀਂ ਕਰਦਾ, ਜਮ੍ਹਾਂ ਦੇਸੀ ਬੰਦਾ ਦੇਖ ਲਓ। ਨਹੀਂ ਮੈਂ ਕਹਿੰਦਾ ਜੇ ਕਿਸੇ ਨੂੰ ਮੇਰੇ ਵਰਗੇ ਨੂੰ ਚਾਰ ਘੋੜੀਆਂ ਦੀਆਂ ਭੌਰੀਆਂ ਬਾਰੇ ਪਤਾ ਲੱਗ ਜਾਣਾ
ਤੇ ਬੰਦਾ ਮਹਾਰਥੀ ਬਣ ਜਾਂਦਾ ਵੀ ਮੈਂ ਤਾਂ ਗੁਰੂ ਗੋਬਿੰਦ ਸਿੰਘ ਵਾਲਾ ਘੋੜਾ ਆਈ ਕਹੂ ਵੀ ਬੰਦਾ ਵੀ ਮੈਂ ਦਿੱਤਾ ਸੀ ਬਾਈ ਉਦੋਂ ਨੀਲਾ ਉਸ ਟਾਈਮ ਬੰਦਾ ਬਾਈ ਇਸ ਤਰ੍ਹਾਂ ਦੇ ਬਣ ਜਾਂਦਾ ਕੰਮ, ਕਿਉਂ ਘੋੜੇ ਵਾਲੇ ਕੰਮ 'ਚ ਕੀ ਆ ਇੱਜ਼ਤ ਬਹੁਤ ਮਿਲਦੀ ਆ ਅਤੇ ਫਿਰ ਉਹ ਸਾਹਮਣੀ ਵਾਲੀ ਔਖੀ ਹੋ ਜਾਂਦੀ ਹੈ। ਅਤੇ ਬਾਬਾ ਜੀ ਤੁਹਾਡੇ ਤਾਂ ਆਲੇ ਦੁਆਲੇ ਵਧੀਆ ਬੰਦਿਆਂ ਦਾ ਆਪਾਂ ਕਹੀਏ ਸੰਗ ਆ ਤੁਹਾਡੇ ਨਾਲ, ਸਾਰੇ ਭਰਾ ਚੰਗੇ, ਹਾਂ ਵਧੀਆ ਉਹ ਆ। ਅਤੇ ਆਪਾਂ ਬਾਈ ਮੰਗਲ ਹੋਰਾਂ ਨਾਲ ਗੱਲਬਾਤ ਕਰਦੇ ਹਾਂ, ਅਤੇ ਮੰਗਲ ਬਾਈ ਤੁਸੀਂ ਵੀ ਦੱਸੋ ਜੀ ਬਾਈ ਬਾਰੇ ਵੀ ਕਿਵੇਂ ਬਾਬਾ ਜੀ ਵਧੀਆ ਜਾਨਵਰ ਸੰਭਾਲਦੇ ਜਾਂ ਕਿਵੇਂ ਆ ਬਾਈ? ਹਾਂਜੀ ਹਾਂਜੀ ਬਾਈ ਬੋਲ ਪੋ ਜੀ ਬੋਲ ਪੋ। ਵੀਰ ਜੀ ਇਹਦੀ ਸਾਂਭ ਸੁਭਾਅ ਬਾਬਾ ਜੀ ਦੀ ਬਹੁਤ ਸੋਹਣੀ ਹੈ ਜੀ, ਠੀਕ ਹੈ ਜੀ, ਇੱਕ ਸੁਭਾਅ ਦੇ ਬਹੁਤ ਚੰਗੇ ਆ, ਠੀਕ ਹੈ, ਮਿਲਨਸਾਰ ਬੰਦੇ ਆ, ਠੀਕ ਹੈ। ਇੱਕ ਵੀਰ ਜੀ ਮੈਂ ਗੱਲ ਕਰਨੀ ਚਾਹੁੰਦਾ, ਹਾਂਜੀ, ਜਦੋਂ ਆਪਾਂ ਫੀਸ ਘੱਟ ਦੀ ਗੱਲ ਕਰਦੇ ਆ ਨਾ, ਹਾਂ, ਅਗਲਾ ਸੋਚਦਾ ਖਰੇ ਘੋੜੇ 'ਚ ਕਮੀ ਕੋਈ, ਹਾਂ ਸਾਡੇ ਘੋੜਿਆਂ 'ਚ ਕੋਈ ਕਮੀ ਨਹੀਂ ਆ, ਟਾਈਮ ਆਊਗਾ ਆਪਾਂ ਵੀ 31,000-21,000 ਕਰਾਂਗੇ, ਬਿਲਕੁਲ, ਫਿਰ ਉਹ ਆਪਾਂ ਮਾੜੇ ਲੱਗਣ ਲੱਗ ਪੈਣਾ, ਹਾਂ ਹਨਾ। ਨਾ ਤਾਂ ਜਿਹੜਾ ਬੰਦਾ ਲੱਖ ਲੱਖ ਰੁਪਇਆ ਫੀਸ ਆ ਘੋੜਿਆਂ ਦੀ, ਉਹਨਾਂ ਨੂੰ ਅਗਲਾ ਕਹਿੰਦਾ ਯਾਰ ਉਈ ਗਾਲ ਵੱਢੀ ਜਾਂਦੇ ਨੇ, ਮੈਂ ਜੀ ਭਰਾ ਕੇ ਉੱਥੋਂ ਲਿਆਉਂਦੇ ਨੇ, ਹਾਂਜੀ ਕਾਰਨ ਜਾਣਗੇ ਵੀ ਜ਼ਰੂਰ ਉੱਥੇ, ਹਾਂ ਸਵਾਦ ਵੇਖਣਗੇ ਭਲਾ ਕੀ ਉੱਥੇ, ਬੱਚੇ ਇਹ ਬਹੁਤ ਵਧੀਆ ਪੈਦਾ ਕਰਨ ਡਿਆ, ਬਾਕੀ ਨਵੇਂ ਬੰਦੇ ਨੂੰ ਮੌਕਾ ਦਿਓ। ਫੋਟੋਆਂ ਲੱਗੀਆਂ ਵੀ ਨੇ ਦੇਖ ਲੋ, ਫਰੀਦਕੋਟ 6ਵੇਂ ਤੇ ਜਗਰਾਵਾਂ 3ਜੇ ਨੰਬਰ ਤੇ ਆਇਆ, ਬਿਲਕੁਲ, ਯਾਨੀ ਕਿ ਕਹਿ ਦਈਏ ਫਿਰ ਤਾਂ ਜੀ ਚੈਂਪੀਅਨ ਘੋੜਾ ਹੈ ਕਿ ਨਹੀਂ? ਬਾਕੀ ਬਾਬਾ ਜੀ ਨਵੇਂ ਬੰਦੇ, ਬਾਕੀ ਇਹ ਸਾਂਭ ਬੜੀ ਇਹਨਾਂ ਦੀ, ਠੀਕ ਹੈ, ਹਾਂਜੀ ਇਹ ਕੁਝ ਸੁਭਾਅ ਦੇ ਬਹੁਤ ਚੰਗੇ ਆ, ਤਾਂ ਇਹਨਾਂ ਨੂੰ ਵੀਰਾਂ ਨਾਲ ਆਪਾਂ ਇਕੱਠੇ ਲਾਇਆ, ਨਹੀਂ ਬਿਲਕੁਲ, ਨਹੀਂ ਤਾਂ ਘੋੜਿਆਂ ਵਾਲੇ ਤਾਂ ਇੱਕ ਦੂਜੇ ਨਾਲ ਇੰਨੀ ਜਹਿਲਸ ਕਰਦੇ ਆ, ਆਪਾਂ ਨਹੀਂ ਪਰ ਸਾਡੇ ਲੋਕਾਂ ਹੋਰ ਆਪਾਂ ਬੱਚੇ ਆਉਣ ਵਾਲੇ ਟਾਈਮ 'ਚ ਪੈਦਾ ਕਰਾਂਗੇ ਅਤੇ ਸਾਲ ਬੰਨ, ਨਹੀਂ ਨਹੀਂ ਬਿਲਕੁਲ ਜੀ ਬਿਲਕੁਲ। ਲਓ ਬਾਬਾ ਜੀ ਮੈਂ ਇੱਕ ਲਾ ਦਿਓ ਜੀ, ਅਤੇ ਭਲਵਾਨ ਬਾਈ ਤੁਸੀਂ ਵੀ ਬਾਈ ਹੋਰਾਂ ਦੇ ਆਪਾਂ ਕਹੀਏ ਵੀ ਨਾਲ ਉਹ ਰੱਖਿਓ, ਹੈ ਨਾ, ਬਿਲਕੁਲ, ਇੱਕ ਟੀਮ ਵਰਕ ਹੈ ਬਾਈ, ਮੇਰਾ ਕੰਮ ਮੈਂ ਕਹਿੰਦਾ ਕਿ ਇੱਕ ਟੀਮ, ਬਿਲਕੁਲ, ਪਰ ਇੱਕ ਅੱਛੇ ਬਰੀਡਰਾਂ ਦੀ, ਹਾਂ, ਜਾਂ ਫਿਰ ਅੱਛੇ ਘੋੜੇ ਪਾਲਕਾਂ ਦੀ, ਬਿਲਕੁਲ, ਕਿਸੇ ਦੀ ਮਜਬੂਰੀ ਨੂੰ ਵੀ ਸਮਝਦੇ ਹੋਣਾ, ਇਹ ਨਹੀਂ ਵੀ ਟੋਕਾ ਰੱਖਿਆ ਹੋਵੇ ਆਇਆ ਫੇਰੇ ਬਾਅਦ 'ਚ ਬੰਦਾ ਆਪਣੀ ਅਗਲੀ ਪੀੜ੍ਹੀ ਨੂੰ ਕਹੇ ਵੀ ਆਪਾਂ ਘੋੜੇ ਨਹੀਂ ਰੱਖਣੇ, ਸਹੀ ਗੱਲ ਹੈ, ਉਹ ਗੱਲ ਨਹੀਂ ਬਣਦੀ, ਬਿਲਕੁਲ ਬਾਈ, ਜੇ ਘੋੜਾ ਕੋਈ ਰੱਖਣਾ ਚਾਹੁੰਦਾ ਆ ਉਹਨੂੰ ਘੋੜਾ ਪਹਿਲੀ ਤਾਂ ਗੱਲ ਐਸਾ ਦਿਓ ਵੀ ਕਿਰਪਾ ਕਰਨ ਵਾਲਾ ਤੂੰ ਮਾਲਕ ਆ, ਮਾਲਕ ਆ ਬਿਲਕੁਲ, ਪਰ ਜੇ ਆਪਦੀ ਨੀਅਤ ਸੱਚੀ ਨਾਲ ਕੋਈ ਕੰਮ ਕੀਤਾ ਉਹਨੂੰ ਰੰਗ ਭਾਗ ਵੀ ਲੱਗ ਜਾਂਦਾ, ਬਿਲਕੁਲ ਬਾਈ, ਬਿਲਕੁਲ, ਲੁੱਟਣਾ ਹੁੰਦਾ ਵੀ ਨਵੇਂ ਬੰਦੇ ਸੀਗੇ, ਸਹੀ ਗੱਲ, ਜਿੰਨਾ ਮਰਜ਼ੀ ਲੁੱਟ ਲੈਂਦੇ, ਘੋੜਾ ਇਹਨਾਂ ਦਾ 3ਜੇ ਨੰਬਰ ਤੇ ਆ ਗਿਆ ਜਗਰਾਮਾ ਤੋਂ ਚੈਂਪੀਅਨ ਹੋ ਗਿਆ, ਬਿਲਕੁਲ, ਠੀਕ ਆ, ਤੇ ਭੁੱਖ ਹੁੰਦੀ ਤਾਂ ਬੰਦੇ ਨੂੰ ਕਹਿੰਦੇ ਤੈਨੂੰ ਚੈਂਪੀਅਨ ਘੋੜਾ ਦਿੱਤਾ ਬਾਈ ਇੰਨੇ ਦਾ ਹੀ, ਹਾਂ, ਜਿਹੜਾ ਬੰਦੇ ਨੂੰ ਥੋੜਾ ਬਹੁਤ ਹਨਾ ਪਰ ਖੁੰਦੀ ਉਹ ਕਹਿ ਦਿੰਦਾ ਕਿ ਉਹਨੂੰ ਪਤਾ ਲੱਗਦਾ, ਬਿਲਕੁਲ ਜੀ ਬਿਲਕੁਲ, ਕਹਿੰਦੇ ਕਿ ਜਦੋਂ ਦੋ ਨਿਆਣੇ ਹੋ ਜਾਂਦੇ ਫਿਰ ਦਾਈ ਬਣ ਜਾਂਦੀ ਹੁੰਦੀ, ਉਹਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਕਿੱਦਾਂ ਦੇ ਨਿਆਣੇ ਜੰਮੂ, ਇਸੇ ਤਰ੍ਹਾਂ ਹੀ ਕੀ ਪਤਾ ਲੱਗਦਾ ਸੀਗਾ ਵੀ ਕਿਵੇਂ ਦਾ ਘੋੜਾ ਸ਼ੋਅ ਕੱਢੂਗਾ ਬਈ, ਸਹੀ ਗੱਲ ਹੈ, ਹਨਾ, ਤੇ ਉਦੋਂ ਹੀ ਇਹਨੂੰ ਟੋਕਾ ਫੇਰ ਦਿੰਦੇ, ਸਹੀ ਗੱਲ ਨਹੀਂ ਸੀਗੀ ਬਈ ਬੰਦੇ ਦਾ ਹੌਸਲਾ, ਬਿਲਕੁਲ ਬਾਈ ਬਿਲਕੁਲ, ਜੇ ਘੋੜੇ ਲਿਆਉਣੇ ਆ ਘੋੜੇ ਘਟ ਗਏ ਨੇ ਪੰਜਾਬ ਦੇ ਵਿੱਚੋਂ ਬਹੁਤ ਘਟੇ ਨੇ, ਬਿਲਕੁਲ ਬਾਈ, ਉਹ ਇਸੇ ਕਰਕੇ ਉਹ ਹੋਇਆ ਬਾਈ ਵੀ ਜਿਹੜਾ ਇੱਕ ਵਾਰੀ ਲੁੱਟਿਆ ਗਿਆ ਫਿਰ ਗੱਲ ਨਹੀਂ, ਬਿਲਕੁਲ ਬਾਈ ਬਿਲਕੁਲ, ਜਦੋਂ ਰਾਤ ਫੋਨ ਲਾਓ ਕਿਸੇ ਤਰ੍ਹਾਂ ਦੀ ਲੋੜ ਆ ਮੁਸੀਬਤ ਉਸੇ ਵੇਲੇ ਵੀਰ ਹਾਜ਼ਰ ਆ, ਉੱਪਰ ਆ ਬਿਲਕੁਲ, ਬਾਕੀ ਜਾਣਕਾਰੀ ਵੀਰ ਨੂੰ ਬਹੁਤ ਆ, ਬਹੁਤ ਜ਼ਿਆਦਾ, ਨਹੀਂ ਦੀ ਗੱਲ ਹੀ ਬਹੁਤ ਜਾਣਕਾਰੀ ਆ, ਬਿਲਕੁਲ, ਜਾਣਕਾਰੀ ਦਾ ਗੁਰੂ ਆ, ਵੀਰ ਦਾ ਕਦਰ ਨਹੀਂ ਪਾਈ ਕਿਸੇ ਨੇ, ਯਾਰ ਕੋਈ ਗੱਲ ਨਹੀਂ ਬਾਈ, ਕਦਰ ਪਾਉਣ ਵਾਲੇ ਮੇਰੇ ਭਰਾ ਜੀ ਨਾਲ ਇੰਨੇ ਖੜੇ ਆ ਭਾਈ, ਪਰਮਾਤਮਾ ਦੀ ਮਿਹਰ ਰਹੇ ਸਿਰ ਤੇ, ਦਾਤਾ ਕਦਰ ਪਾਉ ਬਾਈ, ਹੈ ਨਾ, ਬਿਲਕੁਲ, ਠੀਕ ਆ ਬਾਈ। ਤੇ ਬਾਬਾ ਜੀ ਆਪਣਾ ਮੋਬਾਈਲ ਨੰਬਰ ਕਿੰਨਾ ਆ ਜਾਂਦਾ ਜੀ? 70875-5190 70875-5190 ਤੇ ਬਾਕੀ ਭਰਾਵੋ ਆ ਉੱਪਰ ਬਾਈ ਨੰਬਰ ਦਿੱਤਾ ਪਿਆ ਤੇ 70875-5190 97,8,000
1603 ਬਾਈ, ਤੇ ਬਹੁਤ ਸੋਹਣਾ ਘੋੜਾ ਬਾਈ, ਤੇ ਮੁੰਡਿਆਂ ਇਹਦੇ ਬਾਈ ਸ਼ਾਟ ਵਗੈਰਾ ਲੈਣਾ ਉੱਪਰ ਲਾਉਣ ਨੂੰ, ਤੇ ਬਾਬਾ ਜੀ ਨੂੰ ਬਾਈ ਜ਼ਰੂਰ ਸੇਵਾ ਦਾ ਮੌਕਾ ਦਿਓ। ਸੋ ਠੀਕ ਹੈ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।